ਸਭਾ ਚ ਕੋਲ ਬੈਠਾ ਜੀ। ਮਹਾਤਮਾ ਰਾਵਣ ਦੇ ਪੁਤਲੇ ਫੁਕਣੇ ਬੰਦ ਕਰੋ, ਬੰਦ ਕਰੋ, ਬੰਦ ਕਰੋ। ਮਹਾਤਮਾ ਰਾਵਣ ਦੇ ਪੁਤਲੇ ਫੁਕਣੇ ਬੰਦ ਕਰੋ, ਬੰਦ ਕਰੋ, ਬੰਦ ਕਰੋ। ਮੋਦੀ ਸਰਕਾਰ ਮਰਦਾਬਾਦ, ਮਰਦਾਬਾਦ, ਮਰਦਾਬਾਦ। ਮਹਾਤਮਾ ਰਾਵਣ ਦੇ ਕੇਂਦਰ ਸਰਕਾਰ ਮਰਦਾਬਾਦ, ਮਰਦਾਬਾਦ, ਮਰਦਾਬਾਦ। ਮੂਲ ਨਿਵਾਸੀ ਏਕਤਾ ਜਿੰਦਾਬਾਦ, ਜਿੰਦਾਬਾਦ। ਮੈਨੂੰ ਗੱਲ ਦੇ ਫੋਟੋ ਕਰਨ ਦਾ ਮਾਸ ਲਾਓ, ਨਾਰੇ ਲਾਓ, ਬਾਬਾ ਸਾਹਿਬ ਤੇਰੀ ਸੋਚ ਤੇ, ਹੱਥ ਨੀਚੇ ਕਰੋ ਭਾਈ, ਹੱਥ ਨੀਚੇ ਕਰੋ, ਹੱਥ ਨੀਚੇ ਕਰੋ। ਕੀ ਨਾਮ ਆ, ਕਿਉਂ ਕਹਿਣ ਮਰਜੀ, ਕੀ ਕਰਨਾ, ਕੀ ਨਾਮ, ਇੱਕ ਰਕੜਾ ਚੁੱਪ ਕਰਾ, ਕੀ ਨਾਮ ਆ, ਕੀ ਕਿਉਂ ਲਾਇਆ, ਕੀ ਕਹਿਣ ਮਰਜੀ ਦੱਸੋ। ਮੇਰਾ ਨਾਮ ਪ੍ਰਗਟ ਸਿੰਘ ਸਿੱਧੂ। ਸੋ ਜੋ ਤੁਸੀਂ ਅੱਜ ਦਾ ਇਹ ਦੇਖ ਰਹੇ ਹੋ, ਉੱਥੇ ਜਿੰਨੇ ਵੀ ਕੋਈ ਸੰਸਥਾ ਵੱਲੋਂ ਨਹੀਂ ਹੈਗਾ, ਪੂਰੇ ਵੀ ਜਿੰਨੇ ਵਾਲਮੀਕ ਸਭਾਵਾਂ ਨੇ, ਰਵਿਦਾਸ ਸਭਾਵਾਂ ਆ, ਸਤਿਗੁਰੂ ਰਵਿਦਾਸ ਕਬੀਰਪੰਥੀ, ਰਵਿਦਾਸ ਬੇਗਮਪੁਰਾ ਟਾਈਗਰ ਫੋਰਸ, ਜਿੰਨੇ ਵੀ ਸਭਾਵਾਂ, ਸਾਰਿਆਂ ਨੇ ਇਕੱਠੇ ਹੋ ਕੇ, ਜੋ ਆਪਾਂ ਨੂੰ ਪਤਾ ਵੀ ਅੱਜ ਜੋ ਸਾਡੇ ਭਾਰਤ ਦੇਸ਼ ਦੇ ਵਿੱਚ ਅੱਜ ਦਲਿਤ ਸਮਾਜ ਦੇ ਜੋ ਸਾਡੇ ਲੋਕ ਨੇ, ਜੋ ਉਹਨਾਂ ਨਾਲ ਹੋ ਰਿਹਾ, ਤਾਂ ਲੇਟੈਸਟ ਦੇਖੀਏ ਕਿ ਮੱਧ ਪ੍ਰਦੇਸ਼ ਦੇ ਵਿੱਚ ਦੋ ਮਾਸੂਮ ਬੱਚੇ ਜੋ ਕਿ ਸਵੇਰੇ ਇੱਕ ਸ਼ੌਚਾਲਿਆ ਦੇ ਲਈ ਬਾਹਰ ਗਏ, ਤਾਂ ਉਹ ਮਨੋਵਾਦੀ ਜਿਹੜੇ ਲੋਕ ਸੀਗੇ, ਉਹਨਾਂ ਨੇ ਬੁਰੀ ਤਰੀਕੇ ਦੇ ਨਾਲ ਉਹਨਾਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਤਾਂ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਇੱਥੇ ਪਟਿਆਲਾ ਦੇ ਵਿੱਚ ਕੈਂਡਲ ਮਾਰਚ ਰੱਖਿਆ, ਜੋ ਅਸੀਂ ਪੂਰੇ ਆਪਣਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪਟਿਆਲਾ ਮੰਦਿਰ ਤੋਂ ਸਟਾਰਟ ਕਰਕੇ ਬਾਬਾ ਸਾਹਿਬ ਦੇ ਸਟੈਚੂ ਤੱਕ ਅਸੀਂ ਲੈ ਕੇ ਆਏ ਹਾਂ। ਤਾਂ ਇਹਦੇ ਵਿੱਚ ਅਸੀਂ ਇਹੀ ਮੈਸੇਜ ਦਿੱਤਾ ਕਿ ਸਾਰੇ ਲੋਕਾਂ ਨੂੰ ਇੱਕ ਜਾਗਣ ਦਾ ਵੇਲਾ ਜਾਗਣਾ ਚਾਹੀਦਾ, ਕਿਉਂਕਿ ਜੋ ਅੱਜ ਮਨੋਵਾਦ ਸਰਕਾਰ ਸਾਡੇ ਸਮਾਜ ਦੇ ਨਾਲ ਕਰ ਰਹੀ ਹੈ, ਉਹ ਬਹੁਤ ਹੀ ਘਿਨਾਉਣੀ ਅਤੇ ਨਿੰਦਣਯੋਗ ਘਟਨਾ ਹੈ। ਇੱਕ ਪਾਸੇ BJP ਕਹਿ ਦੀ ਵੀ ਸ਼ੌਚਾਲਿਆ ਦੀ ਸੁਵਿਧਾ ਕੀਤੀ ਹੋਈ ਹੈ, ਜਗ੍ਹਾ ਜਗ੍ਹਾ 'ਤੇ ਸ਼ੌਚਾਲਿਆ ਬਣਾਏ ਹੋਏ ਨੇ। ਸਰ ਉਹ ਗੱਲ ਤਾਂ ਇੱਦਾਂ ਲਾ ਲਓ ਵੀ ਤੁਸੀਂ ਅੰਨੇ ਨੂੰ ਜਿਵੇਂ ਅੱਖਾਂ ਦੇਣ ਵਾਲਾ ਕੰਮ ਉਹ ਕੀਤਾ ਹੋਇਆ, ਇੱਦਾਂ ਦਾ ਕੁਛ ਕੋਈ ਕੁਛ ਨਹੀਂ ਹੈਗਾ। ਤੁਸੀਂ ਜੋ ਇਹ ਤਾਂ ਹਵਾ ਦੀਆਂ ਗੱਲਾਂ ਨੇ, ਉਹ ਜਿਵੇਂ ਤੁਸੀਂ ਪਿੱਛੇ ਜੇ ਆਪਾਂ ਨਿਊਜ਼ ਵੀ ਦੇਖ ਰਹੇ, ਇੱਕ ਮੈਸੇਜ ਵੀ ਆ ਰਿਹਾ ਬਾਰ ਬਾਰ TV ਦੇ ਵਿੱਚ ਕਿ ਜਿਹੜੀ ਉਹ ਦੇਖੋ ਹਵਾ ਮੇਂ ਹਮਨੇ ਮਹਿਲ ਬਣਾ ਦਿਆ, ਉਹ ਦੇਖੋ ਹਵਾ ਮੇਂ ਹਮਨੇ ਮੈਟਰੋ ਟ੍ਰੇਨ ਚਲਾ ਦੀ, ਉਹ ਬੋਲਤਾ ਕਹਾਂ ਹੈ, ਬਰੇ ਉਹ ਦੇਖੋ ਹਵਾ ਮੇਂ ਹੈ, ਕਹਿੰਦਾ ਯਹੀ ਤਾਂ BJP ਸਰਕਾਰ ਹੈ। ਭਾਈ ਤੁਸੀਂ ਰਾਮ ਨਾ ਫੂਕਣ ਦੀ ਗੱਲ ਕਰ ਰਹੇ ਹੋ, ਤੁਹਾਡੇ ਵੀ ਵਾਲਮੀਕਿ ਸਮਰਥਨ ਦੇ ਰਹੇ ਹੋ, ਤੁਸੀਂ ਰਾਮ ਨਾ ਫੂਕਣ ਦੀ ਗੱਲ ਕਰ ਰਹੇ ਹੋ, ਤੁਸੀਂ ਵਾਲਮੀਕਿ ਸਮਾਜ ਨੂੰ ਸਮਰਥਨ ਦੇ ਰਹੇ ਹੋ। ਅਸੀਂ ਹੈ ਹੀ ਵਾਲਮੀਕਿ, ਅਸੀਂ ਫਸਟ ਆਫ ਆਲ ਪਹਿਲਾਂ ਮੂਲ ਨਿਵਾਸੀ ਸਮਾਜ ਦੇ, ਕਿਉਂਕਿ ਸਾਡੇ ਮਹਾਤਮਾ ਰਾਵਣ ਜੀ ਹੋਏ, ਜਦੋਂ ਸੀਤਾ ਮਾਤਾ ਤੁਸੀਂ ਅਗਨੀ ਦੇ ਵਿੱਚ ਜੋ ਇਤਿਹਾਸ ਕਹਿੰਦਾ, ਜੋ ਇਹਨਾਂ ਦਾ ਬਣਾਇਆ ਹੋਇਆ ਮਨੋਵਾਦ ਨੇ ਵੀ ਸੀਤਾ ਪਵਿੱਤਰ ਸੀਗੀ, ਤਾਂ ਫਿਰ ਉਹਨਾਂ ਦਾ ਕਿਉਂ ਪੁਤਲਾ ਸਾੜਿਆ ਜਾਂਦਾ ਵੀ, ਜਦੋਂ ਪਵਿੱਤਰ ਸੀਗੇ ਉਹਨਾਂ ਨੇ ਦਿੱਤੀ ਹੈ, ਤਾਂ ਅਸੀਂ ਉਸਦਾ ਵਿਰੋਧ ਕਰਦੇ। ਦੂਜੇ ਪਾਸੇ ਤੁਸੀਂ ਦੇਖੀਏ ਵੀ ਅੱਜ ਵਰਲਡ ਦੀ ਪ੍ਰੋਬਲਮ ਕਿੰਨਾ, ਸਾਡਾ 2030 ਦੇ ਵਿੱਚ ਸਾਨੂੰ ਆਉਣ ਵਾਲੀ ਹਵਾ ਨਹੀਂ ਮਿਲਣੀ ਹੈਗੀ, ਤਾਂ ਉਸਦੇ ਇਸਦੇ ਲਈ ਵੀ ਅਸੀਂ ਵਿਰੋਧ ਕਰਦੇ ਹਾਂ ਕਿ ਇਸ ਨੂੰ ਨਹੀਂ ਸਾੜਨਾ ਚਾਹੀਦਾ।